ਭਾਖੜਾ ਨਹਿਰ ਦੇ ਵਿੱਚ ਭੈਣ ਭਰਾ ਡੁੱਬ ਗਏ। ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਲੜਕੀ ਦੀ ਲਾਸ਼ ਤਾਂ ਲੱਭ ਗਈ ਪਰ ਉਸਦੇ ਭਰਾ ਦੀ ਤਲਾਸ਼ ਹਾਲੇ ਵੀ ਜਾਰੀ ਹੈ। ਤਸਵੀਰਾਂ ਪਟਿਆਲਾ ਦੇ ਭਾਖੜਾ ਨਹਿਰ ਦੀਆਂ ਨੇ। ਦੱਸਦੀਆਂ ਕਿ ਪਹਿਲਾਂ ਭੈਣ ਦੇ ਵੱਲੋਂ ਛਾਲ ਮਾਰੀ ਗਈ, ਫਿਰ ਉਸ ਨੂੰ ਬਚਾਉਂਦੇ ਹੋਏ ਭਰਾ ਨੇ ਵੀ ਛਾਲ ਮਾਰ ਦਿੱਤੀ। ਦੋਵਾਂ ਦੀ ਦਰਦਨਾਕ ਮੌਤ ਹੋਈ ਹੈ। ਪਿਤਾ ਦੇ ਮੁਤਾਬਿਕ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਝਗੜਾ ਨਹੀਂ ਸੀ, ਕੋਈ ਕਲੇਸ਼ ਨਹੀਂ ਸੀ। ਰੱਖੜੀ ਵਾਲੇ ਦਿਨ ਭੈਣ ਨੇ ਆਪਣੇ ਭਰਾ ਦੇ ਰੱਖੜੀ ਵੀ ਬੰਨੀ ਔਰ ਹੁਣ ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਦੱਸਦੀਏ ਕਿ ਲੜਕੀ ਦੀ ਲਾਸ਼ ਤਾਂ ਲੱਭ ਗਈ ਪਰ ਉਸਦੇ ਭਰਾ ਦੀ ਤਲਾਸ਼ ਹਾਲੇ ਵੀ ਜਾਰੀ ਹੈ। ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ। ਜੋ ਮੁੰਡਾ ਨਹਿਰ ਦੇ ਵਿੱਚ ਡੁੱਬ ਗਿਆ ਉਸਦੇ ਵਿਆਹ ਦੀਆਂ ਤਿਆਰੀਆਂ ਘਰ ਦੇ ਵਿੱਚ ਸ਼ੁਰੂ ਕੀਤੀਆਂ ਹੋਈਆਂ ਸਨ। ਤਾਂ ਇਹ ਮੰਦਭਾਗੀ ਘਟਨਾ ਵਾਪਰ ਗਈ। ਪਿਤਾ ਦੇ ਮੁਤਾਬਿਕ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ, ਸਾਰਾ ਕੁਝ ਸਹੀ ਸੀ, ਕਿਸੇ ਵੀ ਪ੍ਰਕਾਰ ਦਾ ਘਰ ਦੇ ਵਿੱਚ ਘਰੇਲੂ ਕਲੇਸ਼ ਨਹੀਂ ਸੀ। ਪਹਿਲਾਂ ਭੈਣ ਦੇ ਵੱਲੋਂ ਛਾਲ ਮਾਰੀ ਗਈ, ਫਿਰ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਭਰਾ ਵੀ ਨਹਿਰ ਦੇ ਵਿੱਚ ਕੁੱਦ ਗਿਆ। ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਔਰ ਥੋੜੇ ਦਿਨਾਂ ਬਾਅਦ ਉਸਦਾ ਤਲਾਕ ਹੋ ਗਿਆ। ਹੁਣ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੀ ਸੀ ਇਹ ਲੜਕੀ, ਜੋ ਨਹਿਰ ਦੇ ਵਿੱਚ ਡੁੱਬ ਗਈ। ਫਿਰ ਉਸਦਾ ਭਰਾ ਵੀ ਨਹਿਰ ਦੇ ਵਿੱਚ ਡੁੱਬ ਗਿਆ। ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਗੋਤਾਖੋਰਾਂ ਨੇ ਕੁੜੀ ਦੀ ਲਾਸ਼ ਨੂੰ ਬਾਹਰ ਕੱਢਿਆ, ਜਦਕਿ ਉਸਦੇ ਭਰਾ ਦੀ ਤਲਾਸ਼ ਹਾਲੇ ਵੀ ਜਾਰੀ ਹੈ। ਇਹ ਮੇਰੇ ਬੇਟਾ ਬੇਟੀ ਤੇ ਜੀ ਦੋਨੋਂ। ਅੱਛਾ। ਬੇਟਾ ਬੇਟੀ ਤੇ ਕੋਈ ਗਲਤ ਨਹੀਂ ਸੀ ਵੀ ਜੇ ਕੋਈ ਲੜਕੇ ਆਏ ਨੇ ਘਰਾਂ ਤੋਂ, ਨਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਵੀ ਕੀ ਗੱਲਬਾਤ ਹੈ, ਬੇਟੀ ਨੇ ਕੀ ਮਨ 'ਚ ਗੱਲਬਾਤ ਰੱਖੀ ਹੋਈ ਸੀ, ਨਾ ਉਹ ਆਪਾਂ ਨੂੰ ਕੁਛ ਨਹੀਂ ਪਤਾ। ਕਾਰਨ ਕੀ ਮੰਨਦੇ ਹੋ ਇਤਨਾ ਵੱਡਾ ਸਟੈਪ ਚੱਕਿਆ ਜਿਹੜਾ ਭਾਖੜਾ ਵਿੱਚ ਆਪਣੀ ਜੀਵਨ ਦੀ ਲਾਸ਼ ਸਮਾਪਤ ਕਰ ਲਈ? ਨਹੀਂ, ਸਟੈਪ ਚੱਕਿਆ, ਕੋਈ ਸਟੈਪ ਚੱਕਣ ਵਾਲਾ ਕੋਈ ਮਾਮਲਾ ਹੈ ਨਹੀਂ ਤਾਂ ਇਹੋ ਜਿਹਾ। ਘਰਾਂ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ। ਇਹੀ ਕੁੜੀ ਦੀਆਂ? ਨਹੀਂ, ਬੇਟੇ ਦੀਆਂ। ਅੱਛਾ। ਇਹਦੇ ਬਾਰੇ ਬੇਟਾ ਦੇਖ ਰਹੇ ਤੇ ਅਸੀਂ, ਸਾਨੂੰ ਅਜੇ ਕੋਈ ਭਾਲ ਚਾਲ ਮਿਲੀ ਨਹੀਂ ਕਿਤੋਂ। ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਏਗੀ? ਨਾ, ਕੁੜੀ ਨੇ ਆ ਕੇ ਹੋਏਗਾ, ਮੈਂ ਡਿਪਰੈਸ਼ਨ ਤੇ ਆ ਕੁਝ ਐਦਾਂ? ਨਾ, ਕੋਈ ਡਿਪਰੈਸ਼ਨ ਨਹੀਂ, ਉਹਨੂੰ ਕੁਝ ਨਹੀਂ ਦੱਸਿਆ ਸਾਨੂੰ। ਸਵੇਰੇ ਚੰਗੇ ਭਲੇ ਚਾਹ ਪਾਣੀ ਪੀ ਕੇ ਅਸੀਂ ਆਪਣਾ ਘਰਾਂ ਛੱਡ ਕੇ ਆਏ ਇਹਨਾਂ ਨੂੰ। ਪਟਿਆਲੇ ਕੀ ਕਰਨਾ ਜੀ, ਪਟਿਆਲੇ ਕੀ ਕਰਦੇ ਸੀ ਇਹ ਕੁੜੀ? ਕੁੜੀ ਤਾਂ ਕੋਈ ਕਾਲਜ ਆਈ ਹੈ, ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਛ। ਕਾਲਜ 'ਚ ਪੜ੍ਹਦੀ ਹੈ? ਨਹੀਂ, ਇਹ ਪਿੰਡੇ ਸਕੂਲ 'ਚ ਪੜ੍ਹਾਉਂਦੀ ਹੈ ਬੱਚਿਆਂ ਛੋਟਿਆਂ ਨੂੰ, ਪ੍ਰਾਇਮਰੀ 'ਚ। ਅੱਛਾ। ਹਾਂ, ਪਟਿਆਲੇ ਕੁਝ ਦੱਸ ਕੇ ਆਇਆ ਸੀ ਕਿ ਪਟਿਆਲੇ ਮੈਂ? ਨਹੀਂ, ਇਹ ਦੇਖੋ ਜੀ, ਘਰਾਂ ਬੱਚਿਆਂ ਨੂੰ ਪਤਾ, ਘਰਾਂ ਬੱਚਿਆਂ ਨੂੰ ਪਤਾ, ਉਹਨਾਂ ਨੂੰ ਦੱਸ ਕੇ ਹੀ ਹੋਣੀ, ਮੇਰੇ ਨਾਲ ਕੋਈ ਫਾਲਤੂ ਗੱਲਬਾਤ ਨਹੀਂ। ਤੁਹਾਨੂੰ ਕਿਤੇ ਵਜੇ ਇਤਲਾਹ ਮਿਲੇਗੀ ਤੁਹਾਡੀ? ਮੈਨੂੰ ਕੋਈ 10:30 ਵਜੇ, 10:30 ਵਜੇ। ਅੱਛਾ, ਮੁੰਡੇ ਦੀ ਡੈੱਡ ਬੋਡੀ ਮਿਲੀ ਹੈ? ਨਹੀਂ ਮਿਲੀ ਜੀ, ਭਾਲ ਜਾਰੀ ਆ, ਹੁਣੇ ਜਾਰੀ। ਹਾਂ ਜੀ, ਤੇ ਪੁਲਿਸ ਨੂੰ ਫੋਨ ਕੀਤਾ ਜੀ? ਉਹ ਕਰਿਆ ਹੋਇਆ ਜੀ। ਕਿੱਦਾਂ ਦੀ ਹੁਣ ਕਾਰਵਾਈ ਦੀ ਮੰਗ ਕਰਦੇ ਤੁਸੀਂ? ਨਹੀਂ, ਕਿੱਦਾਂ ਕਾਰਵਾਈ ਤੱਕ ਤੁਹਾਨੂੰ? ਅਸੀਂ ਕਹਿੰਦੇ ਸਾਨੂੰ ਡੈੱਡ ਬੋਡੀ ਮਿਲ ਜੇ ਬਸ, ਅਸੀਂ ਕੀ ਕਾਰਵਾਈ ਕਰਨੀ ਜੀ? ਚਾਰ ਸਾਲ ਹੋ ਗਏ, ਉਹ ਤਾਂ ਜਦੋਂ ਹੀ ਹੋ ਗਿਆ, 18 ਦਿਨਾਂ ਬਾਅਦ।